ਇਹ ਜਿਹੜਾ ਪ੍ਰੋਜੈਕਟ ਹੈ ਇੱਕ ਕੀ ਲੈਂਗੁਏਜ ਦੇ ਵਿੱਚ, ਔਰ ਅਸੀਂ ਇਹਦੇ 'ਚ ਡਾਇੰਗ ਵੇਸਟ ਵਾਟਰ ਜਿਹੜਾ ਲੁਧਿਆਣੇ 'ਚ ਖੈਰ ਬਹੁਤ ਜ਼ਿਆਦਾ ਡਾਇੰਗ ਹੁੰਦੀ ਹੈ, ਬਹੁਤ ਜ਼ਿਆਦਾ ਡਾਇੰਗ ਇੰਡਸਟਰੀ ਹੈਗੀ ਹੈ, ਅਸੀਂ ਉਹਦਾ ਪਾਣੀ ਅਸੀਂ ਇਸਤੇਮਾਲ ਕਰ ਰਹੇ ਹਾਂ ਉਹਨੂੰ ਸਾਫ਼ ਕਰਨ ਦੇ ਲਈ। ਇਹਦੇ 'ਚ ਅਸੀਂ ਤੁਸੀਂ ਜਿਵੇਂ ਦੇਖ ਹੀ ਰਹੇ ਹੋ ਕਿ ਕੁਛ ਅਸੀਂ ਬੂਟੇ ਲਾਏ ਹੋਏ ਨੇ, ਇੱਕ ਬੈੱਡ ਤਿਆਰ ਕੀਤਾ ਹੋਇਆ। ਬੂਟੇ ਪੰਜਾਬੀ 'ਚ ਕੀ ਕਹਾਂਗੇ, ਕੀ ਨੇ ਕੁਦਰਤੀ ਤੌਰ 'ਤੇ? ਇਹਨੂੰ ਅਸੀਂ ਕਾਨਾ ਟਾਈਪ ਦਾ ਬੂਟਾ ਕਹਿ ਦਿੰਦੇ ਹਾਂ। ਕਾਨਾ ਬਹੁਤ ਈਜ਼ਲੀ, ਬਹੁਤ ਕਾਮਨਲੀ ਸਾਡੇ ਆਲੇ ਦੁਆਲੇ ਮਿਲ ਜਾਂਦਾ ਸਾਨੂੰ। ਔਰ ਇਹ ਜੇ ਤੁਸੀਂ ਮੈਨੂੰ ਪੁੱਛੋਗੇ ਕਿ ਇਹ ਕਿੱਥੋਂ ਲਿਆਇਆ ਸੀ, ਤਾਂ ਮੈਂ ਕਹਾਂਗਾ ਨੇੜੇ ਤੇੜੇ ਆ ਕਾਲਜ 'ਚ ਅਸੀਂ ਖੜੇ ਹਾਂ, ਸਾਡੇ ਕਾਲਜ 'ਚ ਬਥੇਰਾ ਹੈਗਾ, ਛੱਪੜਾਂ ਦੇ ਕਿਨਾਰੇ ਬਹੁਤ ਹੁੰਦਾ। ਔਰ ਇਹਦੇ 'ਚ ਇੱਕ ਬੜੀ ਖੂਬਸੂਰਤੀ ਹੈ ਇਸ ਬੂਟੇ ਦੀ ਕਿ ਇਹ ਗੰਦੇ ਪਾਣੀ ਨੂੰ ਸਾਫ਼ ਕਰਦਾ। ਓਕੇ, ਔਰ ਇੱਦਾਂ ਦੇ ਹੋਰ ਵੀ ਕਈ ਬੂਟੇ ਨੇ, ਇਹ ਗੰਦਾ ਪਾਣੀ ਜਿਹੜਾ ਮਰਜ਼ੀ ਹੋਵੇ, ਜਿਹੜਾ ਤੁਹਾਡੇ ਘਰੋਂ ਨਿਕਲ ਰਿਹਾ ਉਹਨੂੰ ਵੀ ਸਾਫ਼ ਕਰਦਾ, ਜਿਹੜਾ ਇੰਡਸਟਰੀ ਤੋਂ ਨਿਕਲ ਰਿਹਾ ਜਿੱਦਾਂ ਕਿ ਤੁਸੀਂ ਇਹ ਦੇਖ ਰਹੇ ਹੋ ਡਾਇੰਗ ਇੰਡਸਟਰੀ ਦਾ ਪਾਣੀ ਹੈ, ਇਹਨੂੰ ਵੀ ਸਾਫ਼ ਕਰਦਾ। ਔਰ ਜਦੋਂ ਅਸੀਂ 2.5 ਮਹੀਨੇ ਪਹਿਲਾਂ ਪ੍ਰੋਜੈਕਟ ਸ਼ੁਰੂ ਕੀਤਾ ਸੀ, ਇਹ ਬੂਟੇ ਦੀ ਗਰੋਥ ਘੱਟ ਸੀਗੀ, ਛੋਟੇ ਸੀਗੇ, ਸਾਨੂੰ ਵੀ ਥੋੜ੍ਹਾ ਜਿਹਾ ਸੀਗਾ ਕਿ ਅਸੀਂ ਵੀ ਪਹਿਲੀ ਵਾਰੀ ਕੰਮ ਕਰ ਰਹੇ ਸੀ ਇਹਦੇ ਨਾਲ, ਸਾਨੂੰ ਡਰ ਸੀਗਾ ਕਿਤੇ ਇਹ ਬੂਟਾ ਮਰ ਨਾ ਜਾਏ, ਕਿਉਂਕਿ ਡਾਇੰਗ ਇੰਡਸਟਰੀ ਦਾ ਪਾਣੀ ਬਹੁਤ ਜ਼ਿਆਦਾ ਟੌਕਸਿਕ ਹੁੰਦਾ, ਬਹੁਤ ਗੰਦਾ ਹੁੰਦਾ, ਡਾਈ ਆਪਣੇ ਆਪ 'ਚ ਬੜੀ ਟੌਕਸਿਕ ਹੁੰਦੀ ਹੈ। ਲੇਕਿਨ ਹੁਣ ਤੁਸੀਂ ਦੇਖੋ ਇਹ ਬੂਟੇ ਵੱਧ ਗਏ ਨੇ, ਜੇ ਤੁਹਾਨੂੰ ਮੈਂ ਅੱਜ ਤੋਂ 2 ਮਹੀਨੇ ਪਹਿਲਾਂ ਦੀ ਕੋਈ ਫੋਟੋ ਦਿਖਾ ਦਾਂ ਤਾਂ ਬੂਟੇ ਛੋਟੇ ਸੀਗੇ, ਹੁਣ ਇਹ ਬੂਟੇ ਵੱਧ ਰਹੇ ਨੇ, ਵੱਧ ਰਹੇ ਦਾ ਮਤਲਬ ਹਰੇ ਨੇ ਬੂਟੇ ਸਾਰੇ, ਮਤਲਬ ਕਿ ਇਹਨੂੰ ਕੋਈ ਜ਼ਿਆਦਾ ਫਰਕ ਨਹੀਂ ਪਿਆ। ਮਤਲਬ ਇਹ ਗੰਦੇ ਪਾਣੀ ਨੂੰ, ਕੈਮੀਕਲ ਯੁਕਤ ਪਾਣੀ ਨੂੰ ਇਹ ਸੋਖਦੇ ਨੇ ਆਪ? ਹਾਂਜੀ, ਇਹ ਬਿਲਕੁਲ ਪਾਣੀ ਨੂੰ ਸੋਖਦੇ ਨੇ। ਤੁਸੀਂ ਹੁਣ ਜਿਵੇਂ ਇੱਥੇ ਦੇਖੋ ਕਿ ਇਹ ਨਾਲ ਇੱਧਰ ਪਹਿਲਾਂ ਇੱਕ ਬੈੱਡ ਹੈ ਗ੍ਰੈਵਲ ਦਾ, ਇੱਥੋਂ ਪਾਣੀ ਜਾ ਰਿਹਾ ਹੈ, ਕੁਛ ਤਾਂ ਸਾਫ਼, 10% ਇੱਥੇ ਹੋ ਜਾਣਗੇ ਸਾਫ਼। ਚਲੋ ਚਲੋ ਪਹਿਲੇ ਸ਼ੁਰੂਆਤ ਇੱਥੋਂ ਕਰਦੇ ਹਾਂ। ਮੈਂ ਇੱਕ ਡਰੰਮ ਲੱਗਾ, ਇਸ ਡਰੰਮ ਦੇ ਵਿੱਚ ਕੀ ਹੈ? ਇਸ ਡਰੰਮ 'ਚ ਨਾ ਅਨਟ੍ਰੀਟਿਡ ਵੇਸਟ ਵਾਟਰ ਹੈ, ਡਾਇੰਗ ਵੇਸਟ ਵਾਟਰ, ਡਾਇੰਗ ਵੇਸਟ ਵਾਟਰ ਹੈ, ਡਾਇੰਗ ਵੇਸਟ ਵਾਟਰ ਇਹਦੇ ਵਿੱਚ ਪਾਇਆ, ਔਰ ਟੂਟੀ ਦੇ ਜ਼ਰੀਏ ਇਹ ਪੱਥਰਾਂ 'ਤੇ ਤੁਸੀਂ ਛੱਡਿਆ ਹੋਇਆ? ਅਸੀਂ ਹਾਂ, ਟੂਟੀ ਜ਼ਰੀਏ ਅਸੀਂ ਇਨਲੈਟ, ਇਹਨੂੰ ਇਨਲੈਟ ਕਹਿੰਦੇ ਹਾਂ, ਇੱਥੋਂ ਪਾਣੀ ਅੰਦਰ ਜਾ ਰਿਹਾ, ਤੁਸੀਂ ਚਾਹੇ ਇਹਨੂੰ ਚੁੱਕੇ, ਹਾਂ ਤਸਵੀਰ ਦੇਖ ਸਕਦੇ ਹੋ, ਇਹ ਪਾਣੀ ਜਿਹੜਾ ਹੈ ਇਹ ਨਿਕਲ ਰਿਹਾ, ਜਿਹੜਾ ਡਾਇੰਗ ਦਾ ਪਾਣੀ ਹੈ। ਇਹ ਪੱਥਰ ਜਿਹੜੇ ਰੱਖੇ ਨੇ, ਇਹ ਪੱਥਰ ਕੀ ਕੰਮ ਕਰ ਰਹੇ ਨੇ? ਪੱਥਰਾਂ ਦਾ 2 ਕੰਮ ਹੈ ਜੀ, ਪੱਥਰਾਂ ਦਾ ਇੱਕ ਮੇਨ ਕੰਮ ਤਾਂ ਹੈ ਜਿਹੜਾ ਵਿਚਕਾਰ ਅਸੀਂ ਮਿੱਟੀ ਪਾਈ ਹੋਈ ਹੈ, ਪਲਾਂਟ ਲਾਏ ਹੋਏ ਨੇ, ਇਹਨਾਂ ਨੂੰ ਥੋੜ੍ਹੀ ਜਿਹੀ ਸਟੇਬਿਲਿਟੀ ਦੇਣਾ, ਔਰ ਦੂਜਾ ਕੰਮ ਹੈ ਥੋੜ੍ਹੀ ਬਹੁਤ 5-10% ਹੈ ਟ੍ਰੀਟਮੈਂਟ ਵੀ ਕਰਦੇ ਨੇ ਇਹ ਪੱਥਰਾਂ ਦੇ ਉੱਤੇ ਨਾ, ਲਾਲ-ਲਾਲ ਕਲਰ ਦਾ ਕੋਈ ਕਿਧਰੇ ਜਿਹੜਾ ਗੰਦਾ ਪਾਣੀ ਹੈ, ਇਹ ਡਾਈਂਗ ਸੋਕਿਆ ਹੋਇਆ, ਹਾਂ ਡਾਈ ਡਾਈ ਉਹਦੇ ਉੱਪਰ ਐਬਜ਼ੌਰਬ ਹੋ ਗਈ ਹੈ, ਮਤਲਬ ਸਟਾਰਟਿੰਗ ਤੇ ਹੀ ਇਹ ਜਿਹੜਾ ਸੋਕ ਲੈਂਦੇ ਨੇ ਆ ਪੱਥਰ ਪਾਣੀ, ਹਾਂ ਥੋੜਾ ਬਹੁਤ ਗੰਦਾ, ਹਾਂ ਥੋੜਾ, ਉਸ ਤੋਂ ਬਾਅਦ ਇੱਧਰ ਆ ਜਾਂਦਾ, ਹਾਂ ਮੇਨ ਕੰਮ ਸਾਡਾ ਇੱਥੋਂ ਸ਼ੁਰੂ ਹੁੰਦਾ।
ਇਹ ਸਾਡਾ ਕੰਸਟਰਕਟਿਡ ਵੈਟਲੈਂਡ ਸ਼ੁਰੂ ਹੋ ਗਈ। ਇੱਥੇ ਅਸੀਂ ਮਿੱਟੀ ਰੱਖੀ ਹੈ, ਮਿੱਟੀ ਪਾਈ ਹੈ, ਮਿੱਟੀ ਦੇ ਨਾਲ ਅਸੀਂ ਰਾਈਸ ਹਸਕ ਜਿਹਨੂੰ ਫੱਕ ਕਹਿ ਦਿੰਦੇ ਹਾਂ ਉਹ ਪਾਈ ਹੋਈ ਹੈ ਥੋੜ੍ਹੀ ਜਿਹੀ, ਔਰ ਨਾਲ ਉਹਦੇ ਉੱਪਰ ਬੂਟੇ ਲਾਏ ਨੇ। ਹੁਣ ਉਹ ਮਿੱਟੀ ਦੇ ਵਿੱਚ ਬੂਟੇ ਹੋ ਰਹੇ ਨੇ, ਬੂਟਿਆਂ ਦੀ ਜੜ੍ਹਾਂ ਦੇ ਵਿੱਚ ਇਹਦੀ ਖੂਬਸੂਰਤੀ ਹੈ ਕਿ ਜੜ੍ਹਾਂ ਇਹਦੀਆਂ ਥੋੜ੍ਹੀਆਂ ਲੰਬੀਆਂ ਹੁੰਦੀਆਂ ਔਰ ਡਾਈ ਉਹ ਡਾਈ ਨੂੰ ਐਬਜ਼ੋਰਬ ਕਰ ਲੈਂਦੀਆਂ, ਸੋਖ ਲੈਂਦੀਆਂ, ਕੁਛ ਐਬਜ਼ੋਰਬ ਕਰ ਲੈਂਦੀਆਂ, ਔਰ ਡਾਈ ਇਹਦੇ ਤਣਿਆਂ 'ਚ ਮਤਲਬ ਸਟੈਮ ਦੇ ਵਿੱਚ ਆ ਜਾਂਦੀ ਹੈ, ਇਹਦੇ ਪੱਤਿਆਂ 'ਚ ਆ ਜਾਂਦੀ ਹੈ, ਕੁਛ ਡਾਈ ਜਿਹੜੀ ਹੈ ਉਹ ਮਿੱਟੀ ਦੇ ਉੱਪਰ ਵੀ ਰਹਿ ਜਾਂਦੀ ਹੈ। ਅਤੇ ਇਸ ਕਰਕੇ ਮਤਲਬ ਜਿੱਦਾਂ ਜਿੱਦਾਂ ਪਾਣੀ ਅੱਗੇ ਵੱਧਦਾ ਜਾਂਦਾ ਹੈ ਉਹਦੀ ਟ੍ਰੀਟਮੈਂਟ, ਉਸ ਤੋਂ ਬਾਅਦ ਫਿਰ ਅੱਗੇ ਪੱਥਰ ਹੈ, ਬਸ ਉਹੀ ਕੰਮ ਹੈ ਜੀ, ਉਹੀ ਕੰਮ, ਜੋ ਪੱਥਰ ਲਾਲ ਬਿਲੇ ਮੈਨੂੰ ਲੱਗ ਨਹੀਂ ਰਹੇ ਕਿਉਂਕਿ ਉਹ ਜ਼ਿਆਦਾ ਡਾਈ ਤਾਂ ਪਹਿਲਾਂ ਨਿਕਲ ਗਈ ਨਾ, ਸਾਫ਼ ਹੋ ਗਈ, ਇੱਥੇ ਡਾਈ ਆਉਂਦੇ ਆਉਂਦੇ ਘੱਟ ਗਈ, ਇੱਥੇ ਡਾਈ ਦਾ ਜਿਹੜਾ ਇੱਥੋਂ ਪਾਣੀ ਉਹ ਸਾਫ਼ ਪਾਣੀ ਇੱਥੇ ਆਉਂਦਾ, ਫਿਰ ਟੂਟੀ ਦੇ ਜ਼ਰੀਏ ਇੱਥੇ ਜਾਂਦਾ, ਫਿਰ ਇਸ ਡਰਾਮੇ 'ਚ ਜਾਂਦਾ ਪਾਣੀ। ਔਰ ਇਹਦੇ 'ਚ ਇਹ ਹੈ ਕਿ ਉੱਥੋਂ ਪਾਣੀ ਆਉਣ, ਉੱਥੋਂ ਪਾਣੀ ਆਉਣ ਅਤੇ ਇੱਥੇ ਨਿਕਲਣ 'ਚ 3 ਦਿਨ ਦਾ ਟਾਈਮ ਲੱਗਦਾ ਜੀ ਪਾਣੀ। ਅੱਛਾ, ਇਹ 2 ਗਲਾਸਾਂ ਦੇ ਵਿੱਚ ਪਾਣੀ ਹੈ, ਅਗਰ ਮੈਂ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ, ਜਿੰਨੇ ਵੀ ਵਿਊਵਰਸ ਇਹਨਾਂ ਤਸਵੀਰਾਂ ਨੂੰ ਦੇਖ ਰਹੇ ਨੇ, ਇਹ ਜਿਹੜਾ ਗਲਾਸਾਂ ਦੇ ਵਿੱਚ ਪਾਣੀ ਹੈ, ਕੱਚ ਦੇ ਗਲਾਸਾਂ 'ਚ, ਇਹ ਡਾਈਇੰਗ ਇੰਡਸਟਰੀ ਦਾ ਪਾਣੀ ਹੈ ਇੱਕ ਪਾਸੇ, ਔਰ ਇਹ ਜਿਹੜਾ ਇਹ ਟ੍ਰੀਟ ਕਰਕੇ ਹੈ, ਪਰ ਇਹ ਇੰਨਾ ਸਾਫ਼ ਨਹੀਂ ਹੋਇਆ ਡਾਕਟਰ ਸਾਹਿਬ। ਇਹਦੇ 'ਚ ਦੇਖੋ ਇੱਦਾਂ ਹੈ ਜੀ ਕਿ ਜੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਮੈਂ ਥੋੜ੍ਹਾ ਜਿਹਾ ਦਿਖਾਵਾਂ ਕਿ ਇਹ ਦੇਖੋ ਆਹ ਜਿਹੜਾ ਮੇਰਾ ਖੱਬੇ ਹੱਥ 'ਚ ਹੈ, ਇਹ ਉਹ ਪਿੱਛੇ ਟੈਂਕ 'ਚ ਪਾਣੀ ਪਿਆ ਹੋਇਆ, ਬਿਲਕੁਲ ਵੇਸਟ ਵਾਟਰ ਹੈ ਡਾਈਇੰਗ ਦਾ ਜਿਵੇਂ ਨਿਕਲਦਾ। ਹੁਣ ਇਹ ਠੀਕ ਹੈ ਤੁਹਾਡੀ ਗੱਲ, ਪੂਰਾ ਸਾਫ਼ ਤਾਂ ਨਹੀਂ ਹੋਇਆ ਰੰਗ ਦੇ ਵਿੱਚ, ਰੰਗ ਥਾਂ, ਲੇਕਿਨ ਤੁਸੀਂ ਇਹ ਵੀ ਦੇਖੋ ਕਿ ਰੰਗ ਥੋੜ੍ਹਾ ਜਿਹਾ ਇਹਨੂੰ ਫਿਰ ਅੱਗੇ ਸਾਫ਼ ਕਰ ਸਕਦੇ, ਇਹੋ ਜਿਹਾ ਪ੍ਰੋਜੈਕਟ ਇਹਨੂੰ ਬਿਲਕੁਲ ਜੇ ਅੱਗੇ ਸਾਫ਼ ਕਰ ਸਕਦੇ ਹਾਂ, ਇਹਨੂੰ ਫਿਰ ਦੁਬਾਰਾ ਇਹੋ ਜਿਹੇ ਪਾਣੀ ਨੂੰ ਡਰਾਮੇ 'ਚ ਭਰ ਕੇ ਫਿਰ ਦੁਬਾਰਾ ਇਸੇ ਪ੍ਰੋਸੈਸ ਦੇ ਨਾਲ ਉਹ ਵੀ ਕਰ ਸਕਦੇ ਹਾਂ। ਦੂਜਾ ਮੈਂ ਤੁਹਾਨੂੰ ਦੱਸਦਾ ਕਿ ਆਹ ਜਿਹੜਾ ਹੈ ਨਾ ਇਹਦੀ ਕਲਰ ਤਕਰੀਬਨ 1 ਲੱਖ ਹੈ, ਮੰਨ ਲਓ ਕਿ 1 ਲੱਖ ਹੈ, ਇਹਦਾ ਹੈਵੀ 1 ਲੱਖ ਹੀ ਹੈ, ਅਤੇ ਇਹਦਾ ਹੈਗਾ ਤਕਰੀਬਨ 20,000 ਦੇ ਕਰੀਬ, 5 ਗੁਣਾ ਤਾਂ ਅਸੀਂ ਘਟਾ ਲਿਆ, ਲੇਕਿਨ ਇਹ 1 ਲੱਖ ਆਪਣੇ ਆਪ 'ਚ ਬਹੁਤ ਜ਼ਿਆਦਾ ਕੁਆਂਟਿਟੀ ਹੈ, ਬਹੁਤ ਜ਼ਿਆਦਾ ਕੰਸੈਂਟਰੇਸ਼ਨ ਹੈ। ਇਸ ਕਰਕੇ ਇਹਨੂੰ ਵੀ ਹੋਰ ਸਾਫ਼ ਕਰਨ ਦੇ ਲਈ ਅੱਗੇ ਸਾਡੇ ਕੋਲ ਹੈਗੇ ਨੇ ਟ੍ਰੀਟਮੈਂਟ, ਬਹੁਤ ਕੋਈ ਮਹਿੰਗੇ ਕੁਛ ਨਹੀਂ ਹੈ, ਚਾਰਕੋਲ ਹੁੰਦਾ ਉਹ 'ਚ ਪਾਸ ਕਰ ਦਿਓ, ਸਾਫ਼ ਹੋ ਜਾਏਗਾ। ਅੱਛਾ, ਤੁਹਾਡੇ ਜਿਹਨ 'ਚ ਇਹੀ ਹੈ ਡਾਕਟਰ ਪੁਨੀਤ ਕਿ ਬੁੱਢਾ ਨਾਲਾ ਜਿਹੜਾ ਹੈ ਉਸਦਾ ਕਾਲੇ ਪਾਣੀ ਨੂੰ ਸਾਫ਼ ਕੀਤਾ ਜਾਵੇ, ਉਸੇ ਨੂੰ ਲੈ ਕੇ ਜੈਨ ਦੇ ਵਿੱਚ ਇਹ ਪ੍ਰੋਜੈਕਟ ਤਿਆਰ ਕੀਤਾ। ਹਾਂਜੀ, ਉਹ ਅਸੀਂ ਅਟੈਚ ਸੀਗੇ ਜੀ ਡਾਈਇੰਗ ਇੰਡਸਟਰੀ ਦੀ ਟ੍ਰੀਟਮੈਂਟ ਦੇ ਨਾਲ, ਲੁਧਿਆਣੇ ਦੀ ਇੰਡਸਟਰੀ ਦੇ ਨਾਲ, ਅਤੇ ਉੱਥੇ ਸਾਨੂੰ ਥੋੜ੍ਹਾ ਜਿਹਾ ਵੀ ਵਿਚਾਰ ਆਇਆ ਕਿ ਸਾਰੀ ਡਾਈਇੰਗ ਇੰਡਸਟਰੀ ਇੱਕ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ ਜਿਹੜੇ ਲੁਧਿਆਣੇ 'ਚ ਹੈਗੇ ਨੇ ਉਹਨਾਂ ਨਾਲ ਅਟੈਚ ਨਹੀਂ ਹੈ, ਜ਼ਿਆਦਾਤਰ ਹੈਗੀ ਹੈ ਬਟ ਕਈ ਨਹੀਂ ਵੀ ਹੈਗੇ ਨੇ, ਕਈ ਛੋਟੇ ਯੂਨਿਟ ਹੈਗੇ ਨੇ, ਉਹ ਜੇ ਛੋਟੇ ਯੂਨਿਟ ਆਪਸ 'ਚ ਮਿਲ ਜਾਣ, ਖਾਸ ਕਰ ਜਿਹੜੇ ਬੁੱਢੇ ਨਾਲ ਦੇ ਨਾਲ ਨਾਲ ਨੇ, ਉਹ ਜੇ ਮਿਲ ਜਾਣ, ਜਾਂ ਜੋ ਕੋਈ ਆਪਣਾ ਅਲੱਗ ਵੀ ਕਰਨਾ ਚਾਹੁੰਦਾ ਹੈ ਉਹ ਹੈ ਟ੍ਰੀਟਮੈਂਟ ਯੂਨਿਟ ਆਪਣੇ ਜਗ੍ਹਾ ਲਗਾ ਸਕਦਾ ਆਪਣੀ ਇੰਡਸਟਰੀ ਦੇ ਵਿੱਚ, ਕੋਈ ਜ਼ਿਆਦਾ ਮਹਿੰਗਾ ਨਹੀਂ ਹੈ, 400 ਤਕਰੀਬਨ 300 ਤੋਂ ਲੈ ਕੇ 400 ਰੁਪਏ ਲੀਟਰ, ਜਿਹੜੇ ਮਹਿੰਗੇ ਮਹਿੰਗੇ ਕਰੋੜਾਂ ਰੁਪਏ ਦੇ ਵੱਡੀਆਂ ਵੱਡੀਆਂ ਇੰਡਸਟਰੀਆਂ ਨੇ ਟ੍ਰੀਟਮੈਂਟ ਪਲਾਂਟ ਲਾਏ ਨੇ, ਉਹਨਾਂ ਤੋਂ ਕਾਫੀ ਸਸਤਾ, ਉਹਨਾਂ ਤੋਂ ਸਸਤਾ ਹੈ ਜੀ, 300 ਤੋਂ 400 ਰੁਪਏ 1 ਲੀਟਰ ਨੂੰ। ਪੋਲਿਊਸ਼ਨ ਡਿਪਾਰਟਮੈਂਟ ਇਜਾਜ਼ਤ ਦੇਗਾ ਜੀ? ਨਹੀਂ ਜੀ, ਬਿਲਕੁਲ ਦੇਗਾ ਜੀ, ਕਿਉਂ ਨਹੀਂ ਦੇਣਗੇ, ਅਗਰ ਇਹ ਨੋਰਮਸ ਮੀਟ ਕਰਦਾ, ਅਗਰ ਇਹ ਸਾਰੇ ਆਪਣੇ ਸਟੈਂਡਰਡਸ ਮੀਟ ਕਰਦਾ ਡਿਸਪੋਜ਼ਲ ਦੇ, ਡਿਸਚਾਰਜ ਦੇ, ਤਾਂ ਬਿਲਕੁਲ ਦੇਣਗੇ ਜੀ, ਉਹਦੀ ਕੋਈ ਹਰਜ ਨਹੀਂ ਹੈ। ਅਤੇ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਇਹ ਜਿਹੜਾ ਤੁਸੀਂ ਆਪਾਂ ਹੁਣੇ ਦੇਖਿਆ ਬੀਕਰ ਦੇਖਿਆ ਜਿਹੜਾ ਥੋੜ੍ਹਾ ਲਾਈਟ ਰੰਗ ਦਾ ਸੀਗਾ, ਮੈਂ ਇੱਕ ਵਾਰੀ ਫਿਰ ਇਹਨੂੰ ਫੜ ਲੈਣਾ, ਇਸ ਪਾਣੀ ਦੇ ਵਿੱਚ ਸਿਵਾਏ ਇੱਕ ਰੰਗ ਦੇ ਬਾਕੀ ਜਿੰਨੇ ਵੀ ਹੋਰ ਪੈਰਾਮੀਟਰ ਹੈ, BOD, COD, TSS, TDS ਸਾਰੇ ਸੈਟਿਸਫਾਈ ਹੋ ਰਹੇ ਨੇ, ਅਸੀਂ ਪਾਣੀ ਨੂੰ ਸੁੱਟ ਸਕਦੇ ਹਾਂ ਕਿਸੇ ਵੀ ਨੈਚੁਰਲ ਵਾਟਰ ਬੋਡੀ 'ਚ। ਹਾਂ, ਕਲਰ ਹਲੇ ਨਹੀਂ ਹੈ, ਉਹਦੇ ਲਈ ਅਸੀਂ ਹੋਰ ਕੰਮ ਕਰ ਰਹੇ ਹਾਂ। ਸਰਕਾਰਾਂ ਨੇ ਕਰੋੜਾਂ ਰੁਪਏ ਇਹ ਬੁੱਢੇ ਨਾਲੇ ਦੇ ਕਾਲੇ ਪਾਣੀ ਨੂੰ ਚਿੱਟਾ ਕਰਨ ਵਾਸਤੇ ਲਾਏ, ਕਈ ਬੈਕਟੀਰੀਆ, ਕਈ ਬੋਰੀਆਂ, ਕਈ ਅਜਿਹਾ ਮਟੀਰੀਅਲ ਬੁੱਢੇ ਨਾਲੇ ਸੱਟਿਆ ਜਿਹੜਾ ਬੁੱਢਾ ਨਾਲਾ ਅੱਜ ਤੱਕ ਸਾਫ਼ ਨਹੀਂ ਹੋਇਆ। ਤੁਸੀਂ ਕਹਿੰਦੇ ਹੋ ਕਿ ਇਹ ਜਿਹੜਾ ਪ੍ਰੋਜੈਕਟ ਹੈ ਅਗਰ ਇੰਡਸਟਰੀ ਇਸ ਨੂੰ ਅਪਣਾ ਲਵੇ, ਜਿਹੜੇ ਟ੍ਰੀਟਮੈਂਟ ਪਲਾਂਟ ਨਹੀਂ ਲਾ ਸਕਦੇ ਕਰੋੜਾਂ ਰੁਪਏ ਦੇ, ਉਹ ਸਸਤਾ ਹੈ ਟ੍ਰੀਟਮੈਂਟ ਪਲਾਂਟ ਲਾ ਕੇ ਇੰਡਸਟਰੀ ਦਾ ਪਾਣੀ ਸਾਫ਼ ਕਰਕੇ ਬੁੱਢੇ ਨਾਲੇ ਸੱਟਣ। ਹਾਂ ਬਿਲਕੁਲ ਜੀ, ਜਿਹੜਾ ਹੁਣ
ਸਾਡਾ ਬੁੱਢਾ ਨਾਲ ਹੈ, ਉਹਦੇ ਆਲੇ ਦੁਆਲੇ ਸਾਡੀਆਂ ਡੇਅਰੀ ਇੰਡਸਟਰੀਜ਼ ਬਹੁਤ ਜ਼ਿਆਦਾ ਨੇ, ਇਲੈਕਟਰੋਪਲੇਟਿੰਗ ਇੰਡਸਟਰੀਜ਼ ਬਹੁਤ ਜ਼ਿਆਦਾ ਨੇ। ਇਲੈਕਟਰੋਪਲੇਟਿੰਗ ਇੰਡਸਟਰੀ ਖਾਸ ਕਰਕੇ ਇਹੋ ਜਿਹੀ ਇੰਡਸਟਰੀ ਹੈ ਕਿ ਉਹ ਛੋਟੀ ਇੰਡਸਟਰੀ ਹੁੰਦੀ ਹੈ, ਲੋਕਾਂ ਨੇ ਦੋ ਦੋ ਕਮਰਿਆਂ 'ਚ ਇਲੈਕਟਰੋਪਲੇਟਿੰਗ ਦੇ ਆਪਣੇ ਯੂਨਿਟ ਖੋਲ੍ਹੇ ਹੁੰਦੇ ਨੇ। ਔਰ ਪਿਛਲੇ ਸਾਲ ਸਾਡੇ ਇੱਕ ਮੇਰੇ ਸਟੂਡੈਂਟ ਨੇ ਇਲੈਕਟਰੋਪਲੇਟਿੰਗ ਇੰਡਸਟਰੀ ਦੇ ਉੱਪਰ ਕੰਮ ਕੀਤਾ ਸੀਗਾ ਇਹੀ ਇੱਦਾਂ ਦੀ ਟੈਕਨੋਲੋਜੀ ਦੇ ਨਾਲ, ਉਹ ਸਾਨੂੰ ਉੱਥੇ ਵੀ ਬੜੇ ਅੱਛੇ ਸਾਨੂੰ ਰਿਜ਼ਲਟ ਮਿਲੇ। ਚਲੋ, ਮੇਰੇ ਨਾਲ ਵਿਦਿਆਰਥੀ ਵੀ ਨੇ ਜਿਹੜੇ ਡਾਕਟਰ ਪਨੀਤਪਾਲ ਦੇ ਨਾਲ ਪ੍ਰੋਫੈਸਰ ਦੇ ਨਾਲ 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 ਇਸ ਪ੍ਰੋਜੈਕਟ ਨੂੰ ਤਿਆਰ ਕੀਤਾ ਉਹਨਾਂ ਨੇ। ਅੱਛਾ, ਇਹ ਜਿਹੜਾ ਪ੍ਰੋਜੈਕਟ ਹੈ ਇਹਦੀ ਜਾਣਕਾਰੀ ਤਾਂ ਅਸੀਂ ਲਈ, ਇਹ ਕਿੰਨਾ ਕੁ ਲਾਹੇਵੰਦ ਹੋ ਸਕਦਾ ਬੁੱਢੇ ਨਾਲੇ ਦੇ ਪਾਣੀ ਨੂੰ, ਕਾਲੇ ਪਾਣੀ ਨੂੰ ਚਿੱਟਾ ਕਰਨ ਦੇ ਲਈ? ਜਿਸ ਤਰ੍ਹਾਂ ਅਸੀਂ ਟ੍ਰੀਟਮੈਂਟ ਕਰਦੇ ਹਾਂ ਇਸ ਪਾਣੀ ਦਾ, ਅਤੇ ਜਿਸ ਸਰ ਨੇ ਦੱਸਿਆ ਕਿ 1 ਲੱਖ ਤੋਂ ਕਾਫੀ ਕਲਰ ਚੇਂਜ ਹੋ ਗਿਆ, ਤਾਂ ਇਸ ਕਰਕੇ ਬਹੁਤ ਵਧੀਆ ਹੈਗੀ, ਕਿਉਂਕਿ ਇਹਦੇ ਵਿੱਚ ਜ਼ਿਆਦਾ ਕੋਸਟ ਵੀ ਨਹੀਂ ਹੈਗੀ ਗੀ। ਕਿਉਂਕਿ ਅਗਰ ਅਸੀਂ ਪਾਇਲਟ ਸਕੇਲ ਕਰ ਰਹੇ, ਅਗਰ ਕਿਸੇ ਆਪਾਂ ਵੱਡੀ ਫੀਲਡ 'ਤੇ ਲਗਾਉਣਾ ਚਾਹੁੰਦੇ ਹਾਂ ਤਾਂ ਇਹਨੂੰ ਆਪਾਂ ਗਰਾਊਂਡ ਦੇ ਵਿੱਚ ਹੀ ਜਿੱਦਾਂ ਮਿੱਟੀ ਨਿਕਾਲ ਕੇ ਪੂਰਾ ਸੈਟਅਪ ਉਹ 'ਤੇ ਤਿਆਰ ਕਰਕੇ ਮਿੱਟੀ ਵਿੱਚ ਪਾ ਕੇ ਫਿਰ ਆਪਾਂ ਪਲਾਂਟਸ ਲਗਾ ਸਕਦੇ ਹਾਂ, ਅਤੇ ਫਿਰ ਇਹ ਕਾਫੀ ਲੰਬੇ ਟਾਈਮ ਤੱਕ ਚੱਲ ਸਕਦਾ, ਤੇ ਬਹੁਤ ਵਧੀਆ ਟ੍ਰੀਟਮੈਂਟ ਹੈ ਕਿਉਂਕਿ ਨੈਚੁਰਲ ਵੇ ਨਾਲ ਬਿਲਕੁਲ ਪਾਣੀ ਪੀਣ ਲਾਇਕ ਹੋ ਸਕਦਾ ਜੀ? ਨਹੀਂ, ਪਾਣੀ ਵੇਸਟ ਵਾਟਰ ਹੈ, ਵੇਸਟ ਵਾਟਰ ਪੀਣ ਲਈ ਤਾਂ ਨਹੀਂ ਹੋ ਸਕਦਾ, ਪਰ ਹਾਂ ਕਿ ਅੱਗੇ ਜਾ ਕੇ ਹੋਰ ਦਰਿਆਵਾਂ ਨੂੰ ਖਰਾਬ ਨਹੀਂ ਕਰੇਗਾ। ਹਾਂ, ਜਿਵੇਂ ਸਤਲੁਜ ਦਰਿਆ ਨੂੰ ਬੁੱਢਾ ਨਾਲਾ ਗੰਦਾ ਕਰ ਰਿਹਾ। ਹਾਂਜੀ, ਫਿਰ ਉਹ ਉਸ ਤਰ੍ਹਾਂ ਗੰਦਾ ਨਹੀਂ ਕਰੇਗਾ। ਇਸ ਕਰਕੇ ਜੇ ਮਤਲਬ ਜੇ ਜਿਵੇਂ ਹੁਣ ਆਪਾਂ ਆਪਣੇ ਪਲਾਂਟ ਲਗਾਏ ਹੈ, ਜੇ ਅਗਰ ਆਪਾਂ ਪਲਾਂਟ ਚੇਂਜ ਕਰਨੇ ਹੋਏ ਤਾਂ ਆਪਾਂ ਚੇਂਜ ਵੀ ਕਰ ਸਕਦੇ ਹਾਂ। ਅੱਛਾ, ਇਹ ਕਿੰਨੀ ਦੇਰ ਤੱਕ ਚੱਲਦਾ ਵੈਸੇ, ਇਹ ਜਿਹੜਾ ਕੁਦਰਤੀ ਤੌਰ 'ਤੇ ਆਪਾਂ ਇਹ ਬੂਟੇ ਜੇ ਲਾਏ ਹੋਏ ਨੇ, ਇਹ ਅਗਰ ਕਿਸੇ ਇੰਡਸਟਰੀ ਦੇ ਨੇ ਲਾ ਲਿੱਤੇ ਔਰ ਲੰਬੇ ਤੌਰ 'ਤੇ ਕਿੰਨੀ ਦੇਰ ਤੱਕ ਚੱਲ ਸਕਦੇ ਨੇ? ਖਰਾਬ ਤਾਂ ਵਿੱਚੋਂ ਕਿਧਰੇ ਦੁਬਾਰਾ ਲਾਉਣੇ ਪੈਂਦੇ ਨੇ ਫਿਰ? ਖਰਾਬ ਹੋ ਸਕਦੇ ਆ, ਪਰ ਲੇਕਿਨ ਹਾਲੇ ਤੱਕ ਸਾਨੂੰ 2 ਮਹੀਨੇ ਦੇ ਕਰੀਬ ਹੋ ਗਿਆ ਸਾਨੂੰ ਪ੍ਰੋਜੈਕਟ ਲਗਾਇਆ ਹੋਇਆ, ਹਾਲੇ ਤੱਕ ਸਾਡੇ ਪਲਾਂਟਸ ਹੈ ਜ਼ਿਆਦਾ ਆਸਾਨੀ ਨਾਲ ਮਿਲ ਸਕਦੇ ਨੇ ਕਿਧਰੋਂ ਵੀ? ਹਾਂਜੀ, ਕਿਤੋਂ ਵੀ, ਅਸੀਂ ਆਪਣੇ ਕਾਲਜ ਵਿੱਚੋਂ ਹੀ ਲਏ ਹੈਗੇ ਨੇ, ਬਾਕੀ ਛੱਪੜਾਂ 'ਤੇ ਆਪਾਂ ਨੂੰ ਆਸਾਨੀ ਨਾਲ ਮਿਲ ਜਾਂਦੇ ਹੈਗੇ। ਸ਼ੀਸ਼ੇ ਦਾ ਤੁਸੀਂ ਸਾਰਾ ਪ੍ਰੋਜੈਕਟ ਹੈ, ਜੇ ਇੰਡਸਟਰੀ ਦੇ ਵਿੱਚ ਲੱਗੇ ਤਾਂ ਸ਼ੀਸ਼ਾ ਨਾ ਯੂਜ਼ ਕਰਕੇ ਪੱਥਰ ਦਾ, ਸੀਮਟ ਦਾ ਬਣਾ ਸਕਦੇ? ਹਾਂਜੀ, ਉਦੀ ਬਣਾ ਕੇ। ਹਾਂਜੀ, ਕਿ ਜਿਸ ਤਰ੍ਹਾਂ ਆਪਾਂ ਸਿੰਪਲ ਇੱਕ ਬੈੱਡ ਤਿਆਰ ਕਰ ਸਕਦੇ ਹਾਂ, ਕਿ ਅਸੀਂ ਆਪਾਂ ਸੀਮੈਂਟ ਇੱਟਾਂ ਨਾਲ ਬਣਾ ਕੇ ਪੂਰਾ ਬੈੱਡ ਬਣਾ ਕੇ ਫਿਰ ਉਸ ਦੇ ਵਿੱਚ ਆਪਾਂ ਇੱਦਾਂ ਕੰਸਟਰਕਟ ਕਰ ਸਕਦੇ ਹਾਂ। ਇਸ ਅਸੀਂ ਇਸ ਕਰਕੇ ਲਗਾਇਆ ਤਾਂ ਕਿ ਸਾਡਾ ਫਸਟ ਟਾਈਮ ਸੀ ਕਰਨ ਦਾ, ਕਿ ਸਾਨੂੰ ਪਤਾ ਲੱਗੇ ਕਿ ਪ੍ਰੋਸੈਸ ਚੱਲ ਕੀ ਰਿਹਾ, ਕਿਉਂਕਿ ਬਾਹਰੋਂ ਬਿਲਕੁਲ ਵਿਜ਼ੀਬਲ ਹੈ ਕਿ ਕਿੰਨਾ ਆਪਣੇ ਰੋੜੀ ਪਾਈ ਹੈ, ਮਿੱਟੀ ਕਿੰਨੀ ਪਾਈ ਹੈ, ਸਭ ਕੁਝ ਪੂਰਾ ਵਿਜ਼ੀਬਲ ਹੋ ਰਿਹਾ ਸਾਨੂੰ। ਸੋ ਇਹ ਚੀਜ਼ਾਂ ਆਸਾਨੀ ਨਾਲ ਮਿਲ ਵੀ ਸਕਦੀ ਆ, ਮੇਰੇ ਨਾਲ ਹੋਰ ਵੀ ਵਿਦਿਆਰਥੀ ਨੇ। ਅੱਛਾ, ਇਹ ਪ੍ਰੋਜੈਕਟ ਦੀ ਜਿਵੇਂ ਜਾਣਕਾਰੀ ਮੈਂ ਲੈ ਰਿਹਾ ਵਾਂ, ਇਹ ਆਉਣ ਵਾਲੇ ਟਾਈਮ ਦੇ ਵਿੱਚ ਜੇ ਇੰਡਸਟਰੀ ਦੇ ਵਿੱਚ ਲੱਗ ਜਾਵੇ ਇਹ ਪ੍ਰੋਜੈਕਟ, ਅਤੇ ਜਿਹੜਾ ਪਾਣੀ ਹੈ, ਜਿਹੜਾ ਗੰਦਾ ਪਾਣੀ ਹੈ ਬੁੱਢੇ ਨਾਲੇ ਦਾ, ਉਹ ਸਤਲੁਜ ਦਰਿਆ ਦੇ ਵਿੱਚ ਜਦੋਂ ਉੱਥੇ ਡਿੱਗਦਾ, ਕਿਉਂਕਿ ਅਸੀਂ ਕਈ ਵਾਰ ਤਸਵੀਰਾਂ ਦੇਖੀਏ ਕਿ ਸਤਲੁਜ ਦਰਿਆ ਨੂੰ ਵੀ ਗੰਦਾ ਕਰ ਰਿਹਾ, ਅਤੇ ਇਹ ਪਾਣੀ ਡਿੱਗਣ ਦੇ ਨਾਲ ਸਤਲੁਜ ਦਰਿਆ ਸਾਫ਼ ਰਹੂਗਾ ਫਿਰ ਨਾਲ ਨਾਲ ਬੁੱਢਾ ਨਾਲਾ? ਹਾਂਜੀ, ਸਾਫ਼ ਰਹੂਗਾ ਜੀ, ਕਿਉਂਕਿ ਇਹ 'ਚ ਕੋਈ ਕੈਮੀਕਲ ਸਭ ਸੈੱਟ, ਖਤਰਨਾਕ ਜ਼ਹਿਰੀਲਾ ਪਾਣੀ ਨਹੀਂ ਹੈ? ਨਹੀਂ, ਖਤਰਨਾਕ ਨਹੀਂ, ਕਿਉਂਕਿ ਇਹ ਟ੍ਰੀਟਮੈਂਟ ਪਲਾਂਟ ਦੇ ਜ਼ਰੀਏ ਪਾਣੀ ਜ਼ਹਿਰੀਲਾ ਜਿਹੜਾ ਹੋਵੇ ਉਸ ਤੋਂ ਬਚਾਅ ਹੋ ਕੇ ਸਾਫ਼ ਪਾਣੀ ਜਿਹੜਾ ਇਸ ਤਰੀਕੇ ਦੇ ਨਾਲ ਨਿਕਲ ਸਕਦਾ, ਇਸ ਪਾਣੀ ਨੂੰ ਅੱਗੇ ਵੀ ਸਾਫ਼ ਰੱਖ ਸਕਦੇ ਹਾਂ ਫਿਰ ਆਪਾਂ? ਹਾਂਜੀ, ਬਿਲਕੁਲ, ਇਹ ਆਪਾਂ ਟ੍ਰੀਟਮੈਂਟ ਇਸ ਚੀਜ਼ ਦਾ ਕਰ ਰਹੇ ਹਾਂ, ਜਿਹੜੀਆਂ ਹਾਰਮਫੁਲ ਪੈਰਾਮੀਟਰਸ ਹੁੰਦੇ ਆ ਉਹਦਾ ਟ੍ਰੀਟਮੈਂਟ ਕਰਕੇ ਸਿਰਫ ਕਲਰ ਦਾ, ਜਿੱਦਾਂ ਸਰ ਨੇ ਪਹਿਲਾਂ ਦੱਸਿਆ ਵੀ ਕਲਰ ਦਾ ਰਹਿ ਜਾਂਦਾ, ਉਹ ਟ੍ਰੀਟ ਅਸੀਂ ਫਰਦਰ ਕਰ ਸਕਦੇ ਹਾਂ, ਸੈਕੰਡਰੀ ਟ੍ਰੀਟਮੈਂਟ ਕਹਿੰਦੇ ਉਹਨੂੰ, ਅਤੇ ਪ੍ਰਾਇਮਰੀ ਟ੍ਰੀਟਮੈਂਟ ਕੀਤਾ ਅਸੀਂ, ਉਹਨੂੰ ਟ੍ਰੀਟ ਕਰਕੇ ਅਸੀਂ ਅੱਗੇ ਡਿਸਚਾਰਜ ਕਰ ਸਕਦੇ ਹਾਂ। ਸੋ ਇਹ ਪਹਿਲੇ ਪਾਣੀ ਇੱਦਾਂ ਦਾ ਜਿਹੜਾ ਇਹ ਸਮਝ ਲਓ ਕਿ ਡਾਈਇੰਗ ਇੰਡਸਟਰੀ ਦਾ ਪਾਣੀ ਹੈ ਜਿਹੜਾ ਇਕੱਠਾ ਕੀਤਾ ਆਪ ਇਹਨਾਂ ਵਿਦਿਆਰਥੀਆਂ ਨੇ, ਪ੍ਰੋਫੈਸਰਾਂ ਨੇ, ਔਰ ਉਸ ਤੋਂ ਬਾਅਦ ਜਦੋਂ ਟ੍ਰੀਟ ਹੋ ਕੇ ਪਾਣੀ ਆਉਂਦਾ ਤਾਂ ਉਸਦਾ ਰੰਗ ਇਹ ਹੁੰਦਾ। ਅਗਰ ਇਸ ਨੂੰ ਹੋਰ ਸਾਫ਼ ਕਰਨਾ ਤਾਂ ਇਸੇ ਪ੍ਰੋਜੈਕਟ ਦੇ ਜ਼ਰੀਏ ਇਸ ਪਾਣੀ ਨੂੰ ਫਿਰ ਡਰੰਮ 'ਚ ਪਾ ਕੇ ਆਪਾਂ ਇਸੇ ਤਰ੍ਹਾਂ ਹੋਰ ਚਿੱਟਾ ਕਰ ਸਕਦੇ ਹਾਂ ਜੀ ਪਾਣੀ? ਹਾਂਜੀ, ਬਿਲਕੁਲ ਹੋ ਸਕਦਾ ਜੀ, ਚਾਹੇ ਤਾਂ ਤੁਸੀਂ ਦੁਬਾਰਾ ਫਿਰ ਆਹੀ ਸਾਈਕਲ ਰਿਪੀਟ ਕਰ ਦਿਓ, ਲੇਕਿਨ ਕਿਉਂਕਿ ਮੈਂ ਤੁਹਾਨੂੰ ਕਿਹਾ ਕਿ ਉਹ ਪਾਣੀ ਉੱਥੋਂ ਲੈ ਕੇ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਆਉਂਦੇ ਆਉਂਦੇ ਨੂੰ 3 ਦਿਨ ਲੱਗ ਜਾਂਦੇ ਨੇ, ਸੋ 3 ਦਿਨ ਦੇ ਵਿੱਚ ਥੋੜ੍ਹਾ ਲੰਬਾ ਟਾਈਮ ਹੈ 3 ਦਿਨ, ਸੋ ਮੈਂ ਨਹੀਂ ਕਹਾਂਗਾ ਕਿ ਦੁਬਾਰਾ ਫਿਰ ਉਹਦੇ 'ਚੋਂ ਕਰ ਦਿਓ ਪਾਸ। ਇਹਦੇ ਅੱਗੇ ਇੱਕ ਹੋਰ ਪ੍ਰੋਸੀਜਰ ਹੈ,
ਉਹ ਬਹੁਤ ਆਸਾਨ ਹੈ, ਕੋਈ ਬਹੁਤ ਵੱਡਾ ਤਿੰਨ ਸਟੈਪ ਹੈ ਨਾ ਜੀ, ਪਹਿਲਾ ਸਟੈਪ ਹੈ, ਦੂਜਾ ਸਟੈਪ ਹੈ, ਤੀਜਾ ਸਟੈਪ ਹੈ। ਇਸੇ ਤਰ੍ਹਾਂ ਇਹ ਅੱਗੇ ਇੱਕ ਪ੍ਰੋਜੈਕਟ ਲੱਗਾ ਹੋਵੇ ਤਾਂ ਉਹ ਪਾਣੀ ਉਹਦੇ ਵਿੱਚ ਹੋਰ ਸਾਫ਼ ਹੋ ਜਾਏਗਾ, ਉਹ ਪਾਣੀ ਤਕਰੀਬਨ ਬਿਲਕੁਲ ਜਿੱਦਾਂ ਪੀਣ ਵਾਲਾ ਪਾਣੀ ਹੁੰਦਾ, ਪੀਣ ਵਾਲਾ ਤਾਂ ਨਹੀਂ ਹੋਏਗਾ, ਦੇਖਣ 'ਚੋਂ ਪੀਣ ਵਾਲਾ ਪਾਣੀ ਹੋਏਗਾ। ਡਾਇੰਗ ਇੰਡਸਟਰੀ ਦੇ ਲਈ ਇੱਕ ਰਾਹਤ ਵਾਲੀ ਇਹ ਤਸਵੀਰ ਹੈ। ਇਹ ਡਾਇੰਗ ਇੰਡਸਟਰੀਆਂ ਜਿੰਨੀਆਂ ਵੀ ਹੈ ਲੁਧਿਆਣਾ ਦੇ ਬੁੱਢੇ ਨਾਲੇ ਦੇ ਨਾਲ ਨਾਲ ਹੋਰ ਵੀ ਕਈ ਇੰਡਸਟਰੀਆਂ ਨੇ, ਇਲੈਕਟ੍ਰੋਪਲੇਟਡ ਜਿਹੜੇ ਕੈਮੀਕਲ ਆਪਣੇ ਸਮਾਨ ਦੇ ਵਿੱਚ ਕੈਮੀਕਲ ਨੂੰ ਯੂਜ਼ ਕਰਦੇ ਨੇ, ਕਈ ਤਰ੍ਹਾਂ ਦੇ ਕੈਮੀਕਲ ਯੂਜ਼ ਕਰਦੇ ਨੇ, ਉਹ ਇਹ ਟ੍ਰੀਟਮੈਂਟ ਪਲਾਂਟ ਬਿਲਕੁਲ। ਇਲੈਕਟ੍ਰੋਪਲੇਟਿੰਗ ਇੰਡਸਟਰੀ ਦੇਖੋ ਜੀ, ਹੈਵੀ ਮੈਟਲ ਜਿਹੜੇ ਹੁੰਦੇ ਨੇ, ਲੈੱਡ, ਕਰੋਮੀਅਮ ਹੋ ਗਿਆ, ਕੋਬਾਲਟ ਹੋ ਗਿਆ, ਜ਼ਿੰਕ ਹੋ ਗਿਆ, ਉਹ ਬਹੁਤ ਉਹਦੇ ਪਾਣੀ 'ਚ ਹੁੰਦਾ। ਅਸੀਂ ਪਿਛਲੇ ਉਹੀ ਮੈਂ ਦੱਸ ਰਿਹਾ ਸੀ ਪਹਿਲਾਂ ਕਿ ਪਿਛਲੇ ਸਾਲ ਅਸੀਂ ਉਹ ਪ੍ਰੋਜੈਕਟ ਕੀਤਾ ਔਰ ਇਹ ਪ੍ਰੋਜੈਕਟ ਬੜਾ ਉਹਦੇ 'ਚ ਵੀ ਸਾਨੂੰ ਸਕਸੈਸਫੁਲ ਸਾਨੂੰ ਰਿਹਾ ਕਿ ਕਰੋਮੀਅਮ, ਜ਼ਿੰਕ ਇੰਨੇ ਬੜੇ ਬੜੇ ਅੱਛੇ ਤਰੀਕੇ ਨਾਲ। ਇਹਦੇ 'ਚ ਖਾਸ ਕੀ ਹੈ ਕਿ ਕੁਦਰਤੀ ਤੌਰ 'ਤੇ ਇਹ ਝਾੜੀਆਂ ਚਾਹੇ ਬੂਟੇ ਜੇ ਇਹ ਪਾਣੀ ਨੂੰ ਬਿਲਕੁਲ ਸਾਫ਼ ਕਰਕੇ ਅੱਗੇ ਤੋੜ ਦਿੰਦੇ ਆ? ਦੇਖੋ ਜੀ, ਹਰ ਬੂਟੇ 'ਚ ਨਾ, ਮਤਲਬ ਇਹਦੇ 'ਚ ਖਾਸ ਨਹੀਂ, ਮੈਂ ਕਹਾਂਗਾ ਹਰ ਬੂਟੇ 'ਚ ਇੱਕ ਕੈਪੇਬਿਲਿਟੀ ਹੁੰਦੀ ਹੈ ਪਾਣੀ ਨੂੰ ਸਾਫ਼ ਕਰਨ ਦੀ। ਹੁਣ ਮੈਂ ਜੇ ਕਹਾਂ, ਪਿਛਲੇ ਸਾਲ ਜਿਹੜਾ ਅਸੀਂ ਕੰਮ ਕੀਤਾ ਸੀ ਉਹਦੇ 'ਚ ਅਰਬੀ ਦੇ ਬੂਟੇ ਲਾਏ ਸੀਗੇ, ਅਰਬੀ ਅਰਬੀ ਸਾਨੂੰ ਸਾਰਿਆਂ ਨੂੰ ਪਤਾ, ਖਾਂਦੇ ਹਾਂ ਅਸੀਂ ਅਰਬੀ ਸਬਜ਼ੀ, ਅਸੀਂ ਉਹਦੇ ਬੂਟੇ ਲਾਏ ਸੀਗੇ, ਉਹਨੇ ਵੀ ਬੜਾ ਅੱਛਾ ਕੰਮ ਕੀਤਾ। ਹੁਣ ਕੁਛ ਬੂਟੇ ਹੁੰਦੇ ਨੇ ਜਿੱਦਾਂ ਦਾ ਬੂਟਾ ਹੁਣ ਕਾਨੇ ਵਰਗਾ, ਇਹਦੀ ਕੁਛ ਜ਼ਿਆਦਾ ਕੈਪੇਬਿਲਿਟੀ ਹੈ, ਕੁਛ ਇੱਦਾਂ ਦੇ ਬੂਟਿਆਂ ਦੀ ਜ਼ਿਆਦਾ ਹੁੰਦੀ ਹੈ ਕੈਪੇਬਿਲਿਟੀ ਉਹਨੂੰ ਗੰਦੇ ਪਾਣੀ ਨੂੰ ਸਾਫ਼ ਕਰਨ ਦੀ, ਔਰ ਖਾਸ ਕਰਕੇ ਜਿੱਦਾਂ ਡਾਇੰਗ ਦਾ ਪਾਣੀ ਹੈ। ਇਹ ਤਾਂ ਸਾਡੇ ਲਈ ਵੀ ਬੜੀ ਇੱਕ ਨਵੀਂ ਗੱਲ ਮਿਲੀ ਸਾਨੂੰ ਕਿ ਇਹਦੇ ਉੱਪਰ ਡਾਇੰਗ ਦਾ ਕੋਈ ਜ਼ਿਆਦਾ ਡਾਈ ਦਾ ਫਰਕ ਨਹੀਂ ਪਿਆ ਇਹਨੂੰ, ਹਾਲੇ ਤਾਂ 2.5 ਮਹੀਨੇ ਹੋਏ ਨੇ, ਅਸੀਂ ਹੋਰ ਇਹਨੂੰ ਚਲਾਉਣਾ, ਹਾਲੇ 1.5-2 ਮਹੀਨੇ ਹੋਰ ਚਲਾਵਾਂਗੇ। ਜੇ ਬਹੁਤ ਅੱਛੇ ਰਿਜ਼ਲਟ ਰਹੇ ਤਾਂ ਮੇਰੇ ਆਉਣ ਵਾਲੇ ਟਾਈਮ 'ਚ ਹੋਰ ਸਟੂਡੈਂਟ ਹੈਗੇ ਨੇ, ਅਸੀਂ ਉਹਨਾਂ ਨਾਲ ਇਹਨੂੰ ਹੋਰ ਅੱਗੇ ਪੱਧਰ 'ਤੇ ਲੈ ਜਾਂਦੇ। ਉਮੀਦ ਕਰਦੇ ਹਾਂ, ਅਸੀਂ ਵੀ ਆਸ ਰੱਖਦੇ ਹਾਂ ਕਿ ਲੁਧਿਆਣੇ ਦਾ ਬੁੱਢਾ ਨਾਲਾ, ਉਸਦਾ ਕਾਲਾ ਪਾਣੀ ਚਿੱਟਾ ਹੋ ਸਕੇ, ਕਿਉਂਕਿ ਕਈ ਵਾਰ ਅਸੀਂ ਤਸਵੀਰਾਂ ਨਸ਼ਰ ਕਰ ਵੀ ਚੁੱਕੇ ਹਾਂ ਬੁੱਢੇ ਨਾਲੇ ਦੀਆਂ। ਕਈ ਵਾਰ ਸਿਆਸਤਦਾਨਾਂ ਕੋਲੋਂ ਸਵਾਲ ਵੀ ਪੁੱਛੇ ਨੇ, ਪਰ ਇਹ ਜਿਹੜਾ ਪ੍ਰੋਜੈਕਟ ਹੈ ਇਹ ਬੁੱਢੇ ਨਾਲੇ ਦੇ ਕਾਲੇ ਪਾਣੀ ਨੂੰ ਚਿੱਟਾ ਕਰ ਸਕਦਾ। ਜਿਹੜੀਆਂ ਇੰਡਸਟਰੀਆਂ ਨੇ, ਅਗਰ ਕੋਈ ਵੀ ਡਾਇੰਗ ਇੰਡਸਟਰੀ ਇਸ ਪ੍ਰੋਜੈਕਟ ਨੂੰ ਲਾ ਲਵੇ, ਕਿਉਂਕਿ ਕਰੋੜਾਂ ਰੁਪਏ ਦੇ ਟ੍ਰੀਟਮੈਂਟ ਪਲਾਂਟ ਜਿਹੜੇ ਲੱਗੇ ਹੁੰਦੇ ਨੇ, ਉਹਨਾਂ ਨਾਲੋਂ ਇਹ ਕਾਫੀ ਸਸਤਾ ਪ੍ਰੋਜੈਕਟ ਜਿਹੜਾ ਲੱਗ ਸਕਦਾ ਤੁਹਾਡੀ ਇੰਡਸਟਰੀ ਦੇ ਵਿੱਚ। ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ, PTC ਨਿਊਜ਼, ਲੁਧਿਆਣਾ।